ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੇ ਜੀ ਅਜੇ ਸਾਡੇ ਸ਼ਾਂਤ ਆ ਮਾਹੌਲ ਕੋਈ ਇਹੋ ਜਿਹੀ ਪਰੇਸ਼ਾਨੀ ਨਹੀਂ ਬੱਚੇ ਸਾਰੇ ਸਕੂਲ ਗਏ ਆ ਅੱਗੇ ਪਿੱਛੇ ਸਾਰੇ ਅਸੀਂ ਆਪਣੇ ਆਪਣੇ ਕੰਮ ਨੂੰ ਲੱਗੇ ਹਾਂ ਅਤੇ ਕੀ ਕਹਿਣਾ ਚਾਹੋਗੇ ਜੇ ਜੰਗ ਹੁੰਦੀ ਤਾਂ ਕੀ ਤੁਹਾਡਾ ਸਾਥ ਇਹ ਤਾਂ ਸਰਕਾਰ ਦੀ ਮਰਜ਼ੀ ਆ ਪਰ ਪਾਕਿਸਤਾਨ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਜੇ ਹਰ ਰੋਜ਼ ਉਹਨਾਂ ਦੇ ਪਾਲੇ ਹੋਏ ਜਾਂ ਨਹੀਂ ਪਾਲੇ ਹੋਏ ਅੱਤਵਾਦ ਕਿਸੇ ਦਾ ਸੱਜਣ ਨਹੀਂ ਅਤੇ ਪਾਕਿਸਤਾਨ ਜੇ ਇਸ ਗੱਲ 'ਤੇ ਜੇ ਉਹਨਾਂ ਨੇ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ ਅਤੇ ਅਸੀਂ ਅੱਤਵਾਦੀਆਂ ਨੂੰ ਮਾਰਿਆ ਤਾਂ ਇਹ ਕੋਈ ਵੱਡੀ ਗੱਲ ਨਹੀਂ ਅਸੀਂ ਕੋਈ ਉਹਨਾਂ ਨਾਲ ਧੱਕਾ ਨਹੀਂ ਕੀਤਾ ਨਾ ਅਸੀਂ ਧੱਕਾ ਕਰਨਾ ਚਾਹੁੰਦੇ ਹਾਂ ਜੇ ਪਾਕਿਸਤਾਨ ਇਸ ਗੱਲ 'ਤੇ ਨਹੀਂ ਸਮਝੇਗਾ ਤਾਂ ਫਿਰ ਤਾਂ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਠੀਕ ਜੀ ਗੁਮਾ ਸਿੰਘ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਭਾਰਤੀ ਕਿਸਾਨ ਯੂਨੀਅਨ ਸਰਕਲ ਪ੍ਰਧਾਨ ਫਿਰੋਜ਼ਪੁਰ ਹਾਂਜੀ ਹਾਂਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਉਹਨਾਂ ਦੇ ਅੱਤਵਾਦ 'ਤੇ ਅਟੈਕ ਸਾਡੇ ਪੰਜਾਬ ਵੱਲੋਂ ਹੋਇਆ ਹੈ ਜੇਕਰ ਉਹਨਾਂ ਨੇ ਕਸ਼ਮੀਰ 'ਚ ਅੱਗੇ ਕੀਤਾ ਹੈ ਤਾਂ ਉਸ ਦਾ ਬਦਲਾ ਸਾਡੀ ਸਰਕਾਰ ਨਾਲ ਇਹੋ ਹੀ ਮੰਗ ਹੈ ਕਿ ਸਾਨੂੰ ਇਹ ਪਿੱਛੇ ਦੀ ਬੁਲਾਉਣ ਦੀ ਬਜਾਏ ਜਾਂ ਤਾਂ ਇੱਥੇ ਸਰਕਾਰੀ ਮਦਦ ਜੋ ਵੀ ਦੇ ਸਕਣ ਅਤੇ ਅਸੀਂ ਪਿੱਛੇ ਜਾਣਾ ਨਹੀਂ ਚਾਹੁੰਦੇ ਅੱਗੇ ਵਧਣਾ ਚਾਹੁੰਦੇ ਅੱਗੇ ਵਧਣਾ ਔਰ ਜਾਂ ਅਸੀਂ ਆਪਣੀ ਜਿਸ ਥਾਂ 'ਤੇ ਬੈਠੇ ਹਾਂ ਇੱਥੋਂ ਬੱਚਿਆਂ ਨੂੰ ਰੁਲਾਉਣਾ ਬਹੁਤ ਵਾਰੀ ਪਹਿਲੇ ਵੀ ਇਹ ਸਗੋਂ ਪਿੱਛੇ ਜਾਣ ਦਾ ਸਾਨੂੰ ਨੁਕਸਾਨ ਮਹਿਸੂਸ ਹੁੰਦਾ ਹੈ ਅਤੇ ਅਸੀਂ ਇਸ ਥਾਂ 'ਤੇ ਬਹੁਤ ਅਮਨ ਚੜ੍ਹਨ ਨਾਲ ਬੈਠੇ ਹਾਂ ਔਰ ਇਸੇ ਤਰ੍ਹਾਂ ਹੀ ਅਸੀਂ ਤਾਂ ਚਾਹੁੰਦੇ ਹਾਂ ਬੈਠੇ ਰਹੀਏ ਅਤੇ ਬੱਚੇ ਪਰਿਵਾਰ ਪਰੇਸ਼ਾਨੀ ਨਾ ਆਵੇ ਇੱਥੋਂ ਕਿੰਨੀ ਕੁ ਦੂਰ ਹੈ ਮਤਲਬ ਤੁਹਾਡੀ ਇੱਥੋਂ ਤਕਰੀਬਨ 1.5 ਫਰਲਾਂਗ ਬਿਲਕੁਲ ਸਰਹੱਦੀ ਬੁਰਜੀ ਹੈ ਜੇ ਫੌਜ ਨਾਲ ਜੰਗ ਹੁੰਦੀ ਤੁਸੀਂ ਸਾਥ ਦਿਓਗੇ ਫੌਜ ਬਿਲਕੁਲ ਜੀ ਸਾਥ ਪਹਿਲੇ ਵੀ ਦਿੰਦੇ ਰਹੇ ਹਾਂ ਜਿੰਨਾ ਹੋ ਸਕਦਾ ਅੱਜ ਵੀ ਅਸੀਂ ਸਾਡੇ ਜਿੰਨੇ ਨੌਜਵਾਨ ਪੀੜ੍ਹੀ ਦੇ ਬੱਚੇ ਨੇ ਟਰਾਲੀਆਂ ਲੈ ਕੇ ਮਿੱਟੀਆਂ ਸੜਕਾਂ 'ਤੇ ਜਿੱਥੇ ਰਸਤੇ ਨੇ ਮਿਲਟਰੀ ਨੂੰ ਚਾਹੀਦੇ ਨੇ ਉਹ ਬਣਾ ਰਹੇ ਹਾਂ ਹੋਰ ਵੀ ਜੋ ਵੀ ਉਹਨਾਂ ਨੂੰ ਜ਼ਰੂਰਤ ਹੈ ਸਾਡੇ ਜਵਾਨਾਂ ਨੂੰ ਬਾਰਡਰ ਸਿਕਿਉਰਿਟੀ ਫੋਰਸ ਨੂੰ ਉਹ ਅਸੀਂ ਨਾਲ ਦੀ ਨਾਲ ਮਦਦ ਕਰ ਰਹੇ ਹਾਂ ਠੀਕ ਠੀਕ ਔਰ ਅਸੀਂ ਉਹਨਾਂ ਨੂੰ ਖੁਦ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਦੀ ਵੀ ਸਾਡੀ ਜ਼ਰੂਰਤ ਹੋਵੇ ਅਸੀਂ ਤੁਹਾਡੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਨੂੰ ਤਿਆਰ ਹਾਂ ਠੀਕ